ਫਾਦਰਸਤਾਨ ਸਵਾਮੀ ਜਿਹੜਾ ਬਿਲਕੁਲ ਪੈਰਾਲਾਈਜ਼ ਵੀ ਸੀ 휠ਚੇਅਰ ਤੇ ਸੀ ਔਰ ਉਹਨੂੰ ਇਹ ਦੇ ਬਾਵਜੂਦ ਕਿ ਮੈਡੀਕਲੀ ਉਹਨਾਂ ਦੀ ਹਾਲਤ ਵਰਸਟ ਹੁੰਦੀ ਰਹੀ ਉਹਨਾਂ ਦੀ ਡੈਥ ਹੋ ਗਈ ਜੇਲ੍ਹ ਦੇ ਵਿੱਚ ਪਰ ਉਹਨਾਂ ਨੂੰ ਉਹਨਾਂ ਨੇ ਰੀਲੀਸ ਨਹੀਂ ਕੀਤਾ ਰਫਸਾਇਆ ਛੁੱਟੇ ਕੇ ਸਾੱਚੀ ਹੋਇਆ ਸੀ ਏ ਰੈਜ਼ੋਲੂਸ਼ਨ ਕਮੇਮੋਰੇਟਿੰਗ ਲਾਈਫ ਆਫ ਇੰਡੀਅਨ ਹਿਊਮਨ ਰਾਈਟਸ ਡਿਫੈਂਡਰ ਫਾਦਰਸਤਾਨ ਸਵਾਮੀ ਐਂਡ ਸੀਕਿੰਗ ਐਨ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਇਨਟੂ ਦਾ ਡੈਥ ਆਫ ਜੈਸੂਡ ਪ੍ਰੀਸਟ ਹੈਜ਼ ਬੀਨ ਇੰਟਰੋਡਿਊਸਡ in the us congress i am appalled by the abuse fatherstan swami faced violent custody no one who fights for human rights should fear such violence and neglect webinar chuna ne clearly keh hai viparat de vich kive hindu to vi vichar tar hai kat gintiyan da adivasiyan da dalta da musalmanan da isaiyan da sikhan da shoshan ho reya hai ਉਨਾ ਨੇ ਮੋਦੀ ਸਰਕਾਰ ਦੇ ਇਸ ਫਾਸ਼ੀਵਾਦੀ ਔਰ ਹਿਟਲਰ ਦੀ ਤਰਜ਼ ਦੇ ਸਿਸਟਮ ਦੇ ਖਿਲਾਫ ਪੂਰੇ ਉਤੰਦੇ ਦੇ ਨਾਲ ਆਵਾਜ਼ ਚੁੱਕ ਰਹੇ ਨੇ ਦਸ ਕੋਬ੍ਰੇਕਤ ਮਾ ਤੁਹਾਡਾ ਸਭ ਦਾ ਪਰਪੂਰ ਸਵਾਗਤ ਹੈ ਸੋ ਈਵਰਸ ਪ੍ਰੋਗਰਾਮ ਹੋਰਗੇ ਦਾਨੀ ਆਦੇ ਦੂਸਰੇ ਅੰਸ਼ੇਦ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੀਆਂ ਕਿ ਭਾਰਤ ਵਿੱਚ ਇਨਸਾਨੀ ਹੱਕਾਂ ਦੇ ਖਿਲਾਫ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਅਮਰੀਕਨ ਕਾਂਗਰਸ ਵਿੱਚ ਤਿੱਖਾ ਵਿਰੋਧ ਹੋ ਰਿਹਾ ਹੈ ਔਰ ਇਸ ਸੰਬੰਧੀ ਇੱਕ ਵੈਬਿਨਾਰ ਵਿੱਚ ਆਡ-ਆਡ ਪਰਸਨੈਲਿਟੀਆਂ ਨੇ ਭਾਰਤ ਸਰਕਾਰ ਖਿਲਾਫ ਆਵਾਜ਼ ਚੱਕੀ ਹੈ ਸੋ ਬਹੁਤ ਜਲਦੀ ਇਸ ਸੰਬੰਧੀ ਇੱਕ ਰੈਜ਼ੋਲੂਸ਼ਨ ਵੀ ਕਾਂਗਰਸਮੈਨਾਂ ਵੱਲੋਂ ਯੂਐਸ ਕਾਂਗਰਸ ਵਿੱਚ ਲਿਆਂਦਾ ਜਾ ਰਿਹਾ ਸੋ ਇਸ ਵਾਰੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ ਦੇਖਣ ਸੁਣ ਲਈ ਐਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਇੱਕ ਪਾਸੇ ਜਿੱਥੇ ਮੋਦੀ ਸਰਕਾਰ ਨੇ ਸਮੁੱਚੇ ਮੀਡੀਆ ਨੂੰ ਔਰ ਵੱਡਾ ਹਿੱਸਾ ਉਹਨਾਂ ਦੇ ਹੁਣ ਬਿਊਰੋਕਰੇਟਸ ਜੁਡੀਸ਼ਰੀ ਔਰ ਦੂਸਰੇ ਲੋਕਾਂ ਨੂੰ ਜਿਹੜੀ ਹੈ ਉਹ ਆਪਣੇ ਹੱਕ ਚ ਭੁਗਤਾਇਆ ਹੋਇਆ ਹੈ ਉਥੇ ਅਸੀਂ ਐਪਰੀਸ਼ੀਏਟ ਕਰਦੇ ਆ ਉਹਨਾਂ ਹਿੰਦੂ ਜਥੇਬੰਦੀਆਂ ਦਾ ਜਾਂ ਉਹਨਾਂ ਇੰਡੀਵਿਜੂਅਲਸ ਦਾ ਜਾਂ ਜਿਹੜੇ ਕਿਸੇ ਜੀ ਵੀ ਮਜ਼ਹਬ 'ਚ ਯਕੀਨ ਨਹੀਂ ਰੱਖਦੇ ਪਰ ਆਜ਼ਾਦੀ ਪਸੰਦ ਨੇ ਔਰ ਲੋਕਾਂ ਦੇ ਮਨੁੱਖੀ ਹੱਕਾਂ ਦੀ ਗੱਲ ਕਰਦੇ ਨੇ ਉਹਨਾਂ ਦਾ ਕਿ ਉਹਨਾਂ ਨੇ ਮੋਦੀ ਸਰਕਾਰ ਦੇ ਇਸ ਫਾਸ਼ੀਵਾਦੀ ਔਰ ਹਿਟਲਰ ਦੀ ਤਰਜ਼ ਦੇ ਸਿਸਟਮ ਦੇ ਖਿਲਾਫ ਪੂਰੇ ਉਹ ਤੰਦਈ ਦੇ ਨਾਲ ਆਵਾਜ਼ ਚੁੱਕ ਰਹੇ ਨੇ ਔਰ ਇਸ ਕਿਸਮ ਦੀ ਇੱਕ ਖਬਰ ਜਿਹੜੀ ਕਿ ਇਹਨਾਂ ਦੇ ਆਪਣੇ ਮੀਡੀਆ ਦੇ ਵੀ ਦੇਣਾ ਮਜਬੂਰੀ ਬਣੇ ਕਿਉਂਕਿ ਜਦੋਂ ਇਸ ਕਿਸਮ ਦੇ ਵੈਬਿਨਾਰਸ ਦੇ ਵਿੱਚ ਹਾਇਰ ਲੈਵਲ ਦੇ ਲੋਕ ਇਨਵੋਲਵ ਹੁੰਦੇ ਨੇ ਇੰਟਰਨੈਸ਼ਨਲ ਰੈਕਗਨੀਸ਼ਨ ਵਾਲੇ ਤਾਂ ਇਹ ਖਬਰ ਜਿੰਨਾ ਮਰਜ਼ੀ ਚਾਪਾਵੇਂ ਉਹਨੂੰ ਉਹ ਬਿਲਕੁਲ ਕਿਸੇ ਖੁੰਝੇ ਲਾ ਦੇਣ ਜਾਂ ਬਿਲਕੁਲ ਹੋਰ ਰੰਗ ਦੇ ਵਿੱਚ ਪੇਸ਼ ਕਰਨ ਸੋ ਇੱਕ ਵੈਬਿਨਾਰ ਜਿਹਨੂੰ ਆਰਗੇਨਾਈਜ਼ ਕਰਨ ਦੇ ਵਿੱਚ ਆਲਮੋਸਟ ਸਾਰੀਆਂ ਹੀ ਜਿਹੜੀਆਂ ਜੱਥੇਬੰਦੀਆਂ ਨੇ ਭਾਰਤ ਦੇ ਵਿੱਚ ਇਹਦੇ ਵਿੱਚ ਮੈਂ ਕਿਸੇ ਸਿੱਖ ਆਰਗੇਨਾਈਜੇਸ਼ਨ ਦਾ ਨਾਮ ਨਹੀਂ ਦੇਖਿਆ ਹੈ ਕਿਉਂਕਿ ਹੋ ਸਕਦਾ ਹੈ ਇਹਨਾਂ ਨੇ ਅਪਰੋਚ ਹੀ ਨਾ ਕੀਤਾ ਹੋਵੇ ਜਾਂ ਇਹ ਵੀ ਸਿੱਖਾਂ ਤੋਂ ਵੀ ਦੌੜਦੇ ਨੇ ਵੀ ਇਹ ਤਾਂ ਖਾਲਸਾਣ ਦੀ ਗੱਲ ਕਰਦੇ ਨੇ ਲੇਕਿਨ ਇਹ ਜਿਹੜਾ ਵੈਬਿਨਾਰ ਇਹਨੂੰ ਕੋ ਆਰਗੇਨਾਈਜ਼ ਕੀਤਾ ਫਰੰਟ ਲਾਈਨ ਡਿਫੈਂਡਰਸ ਹਿੰਦੂਜ਼ ਫਾਰ ਹਿਊਮਨ ਰਾਈਟਸ ਦਾ ਹਿਊਮਨਿਜ਼ਮ ਪ੍ਰੋਜੈਕਟ ਇੰਡੀਆ ਸਿਵਲ ਵਾਚ ਇੰਟਰਨੈਸ਼ਨਲ ਐਂਡ ਸਰਵਾਈਵਲ ਇੰਟਰਨੈਸ਼ਨਲ ਐਂਡ ਕੋ ਸਪੌਂਸਰਡ ਬਾਈ ਆਦੀਵਾਸੀ ਲਾਈਵਸ ਮੈਟਰ ਦਲਿਤ ਸੋਲੀਡੈਰਿਟੀ ਫੋਰਮ Federation of Indian American Christian Organizations of North America and Indian American Muslim Council ਇਹਨੂੰ ਆਰਗੇਨਾਈਜ਼ ਕਰਨ ਵਾਲੇ ਸੀ ਔਰ ਇਸ ਦੇ ਪੈਨਲ ਦੇ ਵਿੱਚ ਜਿਨ੍ਹਾਂ ਨੇ ਇਸ ਵੈਬਿਨਾਰ ਦੇ ਵਿੱਚ ਐਡਰੈਸ ਕੀਤਾ ਯੂਕੇ ਤੋਂ ਐਮਪੀ ਨੀਲ ਹੈਨਵੀ ਔਰ ਐਮਈਪੀ ਐਲਵੀਨਾ ਐਲਮੈਸਟਰਨ ਯੂਰਪੀਅਨ ਯੂਨੀਅਨ ਤੋਂ ਔਰ ਇਸੇ ਤਰ੍ਹਾਂ ਆਸਟ੍ਰੇਲੀਆ ਤੋਂ ਸੈਨੇਟਰ ਡੇਵਿਡ ਸ਼ੂਬ੍ਰਿਜ ਤੇ ਯੂਨ ਸਪੈਸ਼ਲ ਰਿਪੋਰਟਰ ਮੈਰੀ ਲਾਲਰ ਐਡਰੈਸਡ ਉਹ ਇਹ ਬਹੁਤ ਪ੍ਰੋਮੀਨੈਂਟ ਪਾਰਟ ਨੇ ਔਰ ਇਹਨਾਂ ਦੇ ਵਿੱਚ ਜਿਹੜਾ ਖਾਸ ਤੌਰ ਤੇ ਅਮਰੀਕਨ ਕਾਂਗਰਸਮੈਨ ਨੇ ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਔਰ ਇਸੇ ਦੀ ਖਬਰ ਜਿਹੜੀ ਹੈ ਜਦੋਂ ਅਸੀਂ ਵੈਬਿਨਾਰ ਚ ਉਹਨਾਂ ਨੇ ਇਹ ਕਲੀਅਰਲੀ ਕਿਹਾ ਵੀ ਭਾਰਤ ਦੇ ਵਿੱਚ ਕਿਵੇਂ ਹਿੰਦੂਤਵੀ ਵਿਚਾਰ ਧਾਰਾ ਹੈ ਘਟ ਗਣਤੀਆਂ ਦਾ ਆਦੀਵਾਸੀਆਂ ਦਾ ਦਲਤਾਂ ਦਾ ਮੁਸਲਮਾਨਾਂ ਦਾ ਈਸਾਈਆਂ ਦਾ ਸਿੱਖਾਂ ਦਾ शोषण ਹੋ ਰਿਹਾ ਔਰ ਕਿਵੇਂ ਉਹਨਾਂ ਨੂੰ ਹਮਰਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਔਰ ਇਸ ਦੇ ਵਿੱਚ ਜਿਹੜੇ ਨੇ ਇੱਕ ਕਾਂਗਰਸਮੈਨ ਜਿਹੜੇ ਕੈਲੀਫੋਰਨੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਕਾਂਗਰਸਮੈਨ ਜੁਵਾਨ ਵਰਗਸ ਜੀ ਉਹਨਾਂ ਨੇ ਵੀ ਪਾਰਟਿਸਿਪੇਟ ਕੀਤਾ ਇਸ ਵੈਬਿਨਾਰ ਚ ਔਰ ਉਹਨਾਂ ਨੇ ਕਾਂਗਰਸਮੈਨ ਜੋਰ ਵਰਸਨ ਨੇ ਕਿਹਾ ਵੀ ਮੈਂ ਦੂਸਰੇ ਕਾਂਗਰਸਮੈਨ ਐਂਡਰੀ ਕਾਰਸਨ ਔਰ ਮੈਗਵਰਨ ਦੇ ਨਾਲ ਮਿਲ ਕੇ ਇੱਕ ਰੈਜ਼ੋਲੂਸ਼ਨ ਜਿਹੜਾ ਕੋ-ਸਪੌਂਸਰ ਕੀਤਾ ਹੈ ਔਰ ਇਹ ਰੈਜ਼ੋਲੂਸ਼ਨ ਕਿਉਂਕਿ ਅਸੀਂ ਪਹਿਲੇ ਸੈਗਮੈਂਟ ਚ ਵੀ ਇਸ ਦਾ ਜ਼ਿਕਰ ਕੀਤਾ ਹੈ ਕਿ ਕਿਵੇਂ ਪੈਗਾਸਸ ਦਾ ਇਸਤੇਮਾਲ ਕਰਕੇ ਉਹਨਾਂ ਨੇ ਇੱਕ 80 ਸਾਲਾ ਬਜ਼ੁਰਗ ਜਿਹੜਾ ਐਕਟਿਵਿਸਟ ਆਦੀਵਾਸੀਆਂ ਦੇ ਫਾਦਰ ਸਟਾਨ ਸੁਆਮੀ ਕਿਉਂਕਿ ਫਾਦਰ ਇਸ ਲਈ ਇੱਕ 크ਿਸਚਨ ਮਜ਼ਬਰਾ ਨਾਲ ਸੰਬੰਧਿਤ ਜਿਹੜੇ ਉਹਨਾਂ ਦੇ ਪ੍ਰੀਸ ਜਾਂ ਦੂਜੇ ਰਹ ਹੁੰਦੇ ਨੇ ਜਾਂ ਉਹਨਾਂ ਦੇ ਐਕਟਿਵਿਸਟ ਵੀ ਜਿਹੜੇ ਬਾਅਦ ਚ ਬਣ ਜਾਂਦੇ ਨੇ ਸੋ ਫਾਦਰ ਸਟਾਨ ਸੁਆਮੀ ਜਿਹੜਾ ਬਿਲਕੁਲ ਪੈਰਾਲਾਈਜ਼ ਵੀ ਸੀ 휠ਚੇਅਰ ਤੇ ਸੀ ਔਰ ਉਹਨੂੰ ਇਹਦੇ باوجود ਕਿ ਮੈਡੀਕਲੀ ਉਹਨਾਂ ਦੀ ਹਾਲਤ ਵਰਸਟ ਹੁੰਦੀ ਰਹੀ ਉਹਨਾਂ ਦੀ ਡੈਥ ਹੋ ਗਈ ਜੇਲ੍ਹ ਦੇ ਵਿੱਚ ਪਰ ਉਹਨਾਂ ਨੂੰ ਉਹਨਾਂ ਨੇ ਰਿਲੀਜ਼ ਨਹੀਂ ਕੀਤਾ ਔਰ ਫਸਾਇਆ ਛੁੱਟੇ ਕੇ ਸਾੱਚੀ ਹੋਇਆ ਸੀ ਹੁਣ ਇਹ ਜਿਹੜੇ ਤਿੰਨੋਂ ਕੌਂਗਰੈਸਮੈਨ ਕੋ-ਸਪான்ਸਰ ਕਰ ਰਹੇ ਨੇ ਰੈਜ਼ੋਲੂਸ਼ਨ ਇਸ ਦਾ ਬੇਸ ਤਾਂ ਉਹਨਾਂ ਨੇ ਫਾਦਰਸਤਾਨ ਸਵਾਮੀ ਦੀ ਡੈਥ ਨੂੰ ਹੀ ਬਣਾਇਆ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਰੈਜ਼ੋਲੂਸ਼ਨ ਕਮੇਮੋਰੇਟਿੰਗ ਲਾਈਫ ਆਫ ਇੰਡੀਅਨ ਹਿਊਮਰਾਈਜ਼ਡ ਡਿਫੈਂਡਰ ਫਾਦਰਸਤਾਨ ਸਵਾਮੀ ਐਂਡ ਸੀਕਿੰਗ ਐਨ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਇੰਟੂ ਦਾ ਡੈਥ ਆਫ Jessort Priest has been introduced in the US Congress Congressman Juan Vargas has said already introduce kar ditta hai aur e california nu represent karde ne ohna ne kiah bhi main hona hi introduce kita hai aur e mang kiti hai ke e father stan swami di death di independent investigation hoy so assi samjhe ne aur ude chunane ohna nu tribute ditti father stan swami nu ohna ne kiah ke bi i am appalled by the abuses ਫਾਦਰਸਤਾਨ ਸੁਆਮੀ ਫੇਸ ਵਾਇਲੈਂਸ ਕਸਟਡੀ ਨੋ ਵਨ ਹੂ ਫਾਈਟਸ ਫਾਰ ਹਿਊਮਨ ਰਾਈਟ ਸ਼ੁਡ ਫੀਅਰ ਸਚ ਵਾਇਲੈਂਸ ਐਂਡ ਨੈਗਲੈਕਟ ਉਹਨਾਂ ਨੂੰ ਤਾਂ ਬਹੁਤ ਜਿਹਨੂੰ ਕਹਿੰਦੇ ਨੇ ਕਿ ਵੀ ਜਿਹੜਾ ਟਾਰਚਰ ਕਰ ਕਰਕੇ ਮਾਰਿਆ ਗਿਆ ਔਰ ਇਹ ਇਨ ਵਿੱਚ ਡੀਟੇਲ ਹੈ ਕਿ ਕਿਵੇਂ ਉਹ ਪਾਰਕਿੰਸਨ ਡਿਜ਼ੀਜ਼ ਤੋਂ ਸਫਰ ਕਰਦੇ ਸੀ ਬਾਕੀ ਵੀ ਬਹੁਤ ਸਾਰੀਆਂ ਬਿਮਾਰੀਆਂ ਸੀ ਪਰ ਕਿਵੇਂ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ NIA ਨੇ ਉਹਨਾਂ ਨੂੰ ਰਾਂਚੀ ਝਾਰਖੰਡ ਤੋਂ ਚੁੱਕਿਆ ਔਰ ਉਹਨਾਂ ਦੇ ਉੱਤੇ ਯੂਏਪੀ ਅਨਲੌਫਲ ਐਕਟੀਵਿਟੀਆਂ ਪ੍ਰिवेंशन ਐਕਟ ਲਾਇਆ ਗਿਆ ਔਰ ਜੇਲ ਦੇ ਵਿੱਚ ਉਹਨਾਂ ਨੂੰ ਟਾਰਚਰ ਕਰਕੇ ਮਾਰਿਆ ਗਿਆ ਹੁਣ ਇੱਕ ਪਾਸੇ ਔਰ ਅਸੀਂ ਸਮਝਦੇ ਹਾਂ ਵੀ ਬਹੁਤ ਵਾਰ ਸਾਡੇ ਵੀ ਕੋਈ ਵੀਰ ਕਹਿਣਗੇ ਕਿ ਜੀ ਇੰਨਾ ਕੁਸ਼ ਹੋ ਰਿਹਾ ਅਮਰੀਕਾ ਕਿਉਂ ਨਹੀਂ ਬੋਲਦਾ ਅਸੀਂ ਇਹ ਸਮਝਦੇ ਹਾਂ ਵੀ ਇੱਕ ਪਾਸੇ ਵਾਈਟ ਹਾਊਸ ਦੀਆਂ ਪਾਲਿਸਿਜ਼ ਨੇ ਉਹਨਾਂ ਦਾ ਇੱਕ ਆਪਣਾ ਤੌਰ ਤਰੀਕਾ ਹੈ ਉਹਨਾਂ ਨੇ ਤਾਂ ਵਪਾਰ ਵੀ ਦੇਖਣਾ ਹੈ ਸਟ੍ਰੈਟੈਜਿਕ ਇੰਟਰਸਟ ਵੀ ਦੇਖਣੇ ਨੇ ਇਹੀ ਕਾਰਨ ਹੈ ਕਿ ਇਹਦੇ باوجود ਇਹ ਨਹੀਂ ਹੈ ਵੀ ਅਮਰੀਕਾ 'ਚ ਜੋ ਭਾਰਤ 'ਚ ਹੋ ਰਿਹਾ ਇਹਨਾਂ ਨੂੰ ਪਤਾ ਨਹੀਂ ਹੈ ਜੇ ਇੱਥੇ ਆਵਾਜ਼ ਨਹੀਂ ਚੁੱਕੀ ਜਾਂਦੀ ਫ੍ਰੀडम ਹਾਊਸ ਦੀ ਅਸੀਂ ਗੱਲ ਕੀਤੀ ਉਹਨਾਂ ਨੇ ਆਪਣੀ ਰਿਪੋਰਟ ਚ ਇਵਨ মিডিਏ ਬਾਰੇ ਕੀ ਕਿਹਾ ਇੰਡੀਆ 'ਚ ਕੀ ਚੱਲ ਰਿਹਾ ਹੈ ਯੂ ਐਸ ਸਰਫ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜਸ ਫ੍ਰੀडम ਸਕਸੈਸਿਵ ਤੀਸਰਾ ਸਾਲ ਹੈ ਜਦੋਂ ਕਿ ਉਹਨਾਂ ਨੇ ਮੰਗ ਕੀਤੀ ਹੈ ਕਿ ਇੰਡੀਆ ਨੂੰ ਕੰਟਰੀ ਆਫ ਪਾਰਟिकुलर ਕੰਸਰਨ ਹਰਾਨਿਆ ਜਾਏ ਕਿਉਂਕਿ ਉੱਥੇ ਹਿਊਮਨ ਰਾਈਟਸ ਵਾਇਓਲੇਟ ਹੋ ਰਹੇ ਨੇ ਲੇਕਿਨ ਜਿਹੜਾ ਵਾਈਟ ਹਾਊਸ ਹੈ ਉਹਨੂੰ ਵੇਵਰ ਦੇ ਦਿੰਦਾ ਹੈ ਇਸੇ ਤਰ੍ਹਾਂ ਕਾਂਗਰਸਮੈਨ ਆਰਡਰਡ ਮੌਕਿਆਂ ਦੇ ਉੱਤੇ ਰੈਜ਼ੋਲੂਸ਼ਨ ਲੈ ਆਉਂਦੇ ਨੇ ਕਿ ਉੱਥੇ ਮਾਈਨੋਰਟੀਜ਼ ਨਾਲ ਕੀ ਹੋ ਰਿਹਾ ਹੈ ਹੁਣ ਇਹ ਰੈਜ਼ੋਲੂਸ਼ਨ ਵੀ ਜਿਹੜਾ ਕੋ-ਸਪான்ਸਰ ਕੀਤਾ ਹੈ ਦੋ ਹੋਰ ਕਾਂਗਰਸਮੈਨਾਂ ਨੇ ਕੈਲੀਫੋਰਨੀਆ ਦੇ ਕਾਂਗਰਸਮੈਨ ਦੇ ਆਏ ਨੇ ਹੁਣ ਇਸ ਸਬ ਦੇ ਚਲਦੇ ਆ ਭਾਰਤ ਦੇ ਵਿੱਚ ਕੀ ਚੱਲ ਰਿਹਾ ਹੈ ਜਿਨ੍ਹਾਂ ਦੀਆਂ ਮਾਈਨੋਰਟੀਜ਼ ਦਾ ਫਿਕਰ ਇੱਥੇ ਕਾਂਗਰਸ ਦੇ ਰੈਜ਼ੋਲੂਸ਼ਨ ਕਰਦੇ ਨੇ ਉਹਨੇ ਖਬਰ ਸਮ੍ਰਿਤੀ ਰਾਨੀ ਗੈਟਸ ਐਡੀਸ਼ਨਲ ਚਾਰਜ ਆਫ ਮਾਈਨੋਰਿਟੀ ਅਫੇਅਰਸ ਮਿਨਿਸਟਰੀ ਹੁਣ ਇਹ ਹੈ ਪੰਜਾਬੀ ਦਾ ਇੱਕ ਅਖਾਣ ਹੈ ਕਿ ਬੱਕਰੇ ਨੂੰ ਬੋਲ ਦੀ ਰਾਖੀ ਬਿਠਾਣਾ ਬੋਲ ਜਿਹੜੀ ਹੈ ਕਣਕ ਦਾ ਕਣਕ ਦਾ ਟੀਰ ਹੁਣ ਬੱਕਰਾ ਬੱਕਰੇ ਨੂੰ ਇਹ ਬਿਠਾ ਦਿੰਦਾ ਹੈ ਵੀ ਤੂੰ ਰਾਖੀ ਕਰਨੀ ਹੈ ਉਹ ਹੁਣ ਜਦੋਂ ਆਏਗਾ ਬੱਕਰੇ ਨੇ ਤਾਂ ਕੀ ਕਰਨਾ ਹੈ ਉਹਨੂੰ ਬਿਠਾ ਦਿਓ ਰਾਖੀ ਹੁਣ ਇਹੀ ਸਮ੍ਰਿਤੀ ਰਾਨੀ ਤੁਸੀਂ ਜਿਸ ਦਾ ਦੀ ਕੁਆਲਿਫਿਕੇਸ਼ਨ ਹੀ ਫਿਰਕੂ ਪੁਣਾ ਹੋਏ ਆਮ ਜਿਹੜੀ ਹੈ ਉਸ ਛੋਟੀ ਸਕਰੀਨ ਤੋਂ ਚੁੱਕ ਕੇ احساس ਵੀ ਕਭੀ ਬਹੁਤ ਹੀ ਵਰਗੇ ਸੀਰੀਅਲ ਚ ਕੰਮ ਕਰਨ ਵਾਲੀ ਨੂੰ ਇਹ ਕਿਵੇਂ ਉੱਪਰ ਤੱਕ ਗਈ ਉਹ ਕੁਝ ਚੀਜ਼ਾਂ اخلاق ਇਹ ਮੰਗ ਨਹੀਂ ਕਰਦਾ ਹੁੰਦਾ ਕਿ ਵੀ ਅਸੀਂ ਮੈਂ ਇਸ ਪਲੇਟਫਾਰਮ ਤੋਂ ਗੱਲ ਕਰਾਂ ਪਰ ਇਹ ਕੁਝ ਚੀਜ਼ਾਂ ਓਪਨ ਸਿਕਰਟ ਹੁੰਦੀਆਂ ਨੇ ਔਰ ਕਿਵੇਂ ਸਮ੍ਰਿਤੀ ਹਰਾਨੀ ਨੇ ਆਪਣੇ ਸਾਰੇ ਕਰੀਅਰ ਚ ਜਿਹੜੀ ਬਿਲਕੁਲ ਝੂਠ ਬੋਲਣ ਦੀ ਮਾਹਰ ਹੈ ਇਹਦੇ ਕੋਲ ਕੋਈ ਪੜ੍ਹਾਈ ਲਿਖਾਈ ਦਾ ਸਰਟੀਫਿਕੇਟ ਨਹੀਂ ਉਹ ਸਭ ਸਾਬਤ ਵੀ ਹੁੰਦੇ ਹਨ ਕਿਉਂਕਿ ਜਦੋਂ ਸਈਆ ਬਹ कोतवाल ਹਾਂ ਡਰਦਾ ਹੈਗਾ ਸਈਆ कोतवाल ਨੇ ਹੁਣ ਇਹ ਮਾਈਨੋਰਟੀਜ਼ ਮਿਨਿਸਟਰੀ ਨੂੰ ਕਰੇ ਕਿਉਂਕਿ ਜਿਹੜਾ ਅੱਗੇ ਕਿਨਾਂ ਨੇ ਆਪਣਾ ਦੁਮਸ਼ਲਾ ਜਿਹਾ ਰੱਖਿਆ ਹੁੰਦਾ ਸੀ ਨਕਵੀ ਰਾਜ ਸਭਾ ਦਾ ਮੈਂਬਰ ਵੀ ਸੀ 6 ਸਾਲ ਉਹਦੀ ਟਰਮ ਹੁੰਦੀ ਟਰਮ ਖਤਮ ਹੋ ਗਈ ਹੁਣ ਕੱਲ ਉਹਨੇ ਵੀ ਰਿਜ਼ਾਈਨ ਕੀਤਾ ਤੇ ਇਹ ਜਿਹੜਾ ਬਕਰਾ ਬੋਲਦੀ ਰਾਖੀ ਬਿਠਾ ਦਿੰਦਾ ਹੈ ਔਰ ਭਾਰਤ ਦੇ ਵਿੱਚ ਚੱਲ ਕੀ ਰਿਹਾ ਹੈ ਅਸੀਂ ਇੱਕ ਸੈਗਮੈਂਟ ਕੀਤਾ ਸੀ ਬੀਤੇ ਕੱਲ ਕਿ ਕਿਵੇਂ ਜਿਹੜੀ ਤ੍ਰਿਣਮੂਲ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਹੈ ਬੰਗਾਲ ਤੋਂ ਕ੍ਰਿਸ਼ਨਾ ਨਗਰ ਤੋਂ ਬੰਗਾਲ ਚ ਮੌਵਾ ਮੋਇਤਰਾ ਉਹਨੇ ਹਿੰਦੂ ਤਵਿਆਂ ਨੂੰ ਸਨਭ ਕੀਤਾ ਕਿ ਵੀ ਤੁਸੀਂ ਕਿਹੜਾ ਤੁਹਾਨੂੰ ਤੁਸੀਂ ਕਹਿੰਦੇ ਹੋ ਜੀ ਤੁਹਾਡੇ ਧਾਰਮਿਕ ਜਜ਼ਬਾ ਤਾਹਤ ਹੋ ਗਏ ਵੀ ਮੈਂ ਕਾਲੀ ਮਾਂ ਦੀ ਪੁਜਾਰੀ ਨੂੰ ਪੁਜਾਰਨ ਹੈ ਕਿਉਂਕਿ ਜਿਹੜੀਆਂ ਇਹਨਾਂ ਦੀਆਂ ਦੇਵੀਆਂ ਨੇ ਉਹ 6-7 ਭੈਣਾ ਬਣਾਈਆਂ ਹੋਈਆਂ ਉਹਦੇ ਆਡਰ ਰੂਪ ਨੇ ਵੈਸ਼ਨੂ ਦੇ ਉਹਦੀ ਕਹਾਣੀ ਵੀ ਹੈ ਵੀ ਸ਼ਿਵ ਜੀ ਨੇ ਕਿਵੇਂ ਕੁਮਾਇਆ ਔਰ ਉਹਦੇ ਆਡਰ ਡੰਗ ਕਿੱਥੇ ਡਿਗੇ ਉਹਦੇ ਤੇ ਜਿਹੜਾ ਉਹ ਪ੍ਰਗਟ ਹੋ ਗਏ ਕਿਤੇ ਉਹਦੀਆਂ ਅੱਖਾਂ ਡਿਗੀਆਂ ਉਹ ਨੈਣਾ ਦੇ ਵੀ ਆ ਗਈ ਕੋਈ ਚਵੰਡਾ ਦੇਵੀ ਹੈ ਕੋਈ ਵੈਸ਼ਨੂ ਦੇਵੀ ਹੈ ਕੋ ਹੋਰ ਹੈ ਲੇਕਿਨ ਜਿਹੜਾ ਦੁਰਗਾ ਦੇ ਨਾਂ ਥੱਲੇ ਜਿਸ ਦਾ ਇੱਕ ਰੂਪ ਦੁਰਗਾ ਹੈ ਇੱਕ ਕਾਲਕ ਹੈ ਔਰ ਕਾਲੀ ਮਾਂ ਵੀ ਉਹਨੂੰ ਕਹਿੰਦੇ ਨੇ ਜਿਹੜਾ ਉਹਦਾ ਬڑا ਖੌਫਨਾਕ ਡਰਾਵਣਾ ਰੂਪ ਹੈ ਜੀਬ ਬਾਹਰ ਕੱਢੀ ਹੁੰਦੀ ਉਹ ਹੀ ਲੋਕ ਡਰਦੇ ਨੇ ਦੇਖਦੇ ਆ ਉਹਦੀ ਪੂਜਾ ਕਰਦੇ ਨੇ ਕਿਉਂਕਿ ਇਹ ਡਰਦੇ ਤਾਂ ਜੁੱਤੀ ਤੋਂ ਹੀ ਨਾ ਔਰ ਉਹਨਾਂ ਨੇ ਇਹ ਦਿਖਾ ਕੇ ਵੀ ਇਹਦੀ ਪੂਜਾ ਕਰੋ ਨਹੀਂ ਤੇ ਜਦਾਂ ਜੀਬ ਕੱਢੀ ਸਿੱਧੀ ਖਾ ਜਾਏਗੀ ਫਿਰ ਉਹਨੂੰ ਖੁਸ਼ ਕਰਨ ਲਈ ਮਾਸ ਵੀ ਲੈ ਜਾਂਦੇ ਨੇ ਤੇ ਸ਼ਰਾਬ ਵੀ ਆਫਰ ਕਰਦੇ ਨੇ ਹੁਣ ਜਦੋਂ ਬੰਗਾਲ ਦੇ ਵਿੱਚ ਇਹ ਦੁਰਗਾ ਪੂਜਨ ਦੇ ਦਿਨ ਹੁੰਦੇ ਨੇ ਤੋ ਕਈ ਕਈ ਹਫਤੇ ਉਹਨਾਂ ਦੇ ਤਾਂ ਕਰੋੜਾ ਰੁਪਏ ਦੇ ਉਹ ਪੰਡਾਲ ਆਂਦੇ ਨੇ ਔਰ ਉੱਥੇ ਭਾਵੇਂ ਕਮਿਊਨਿਸਟ ਵੀ ਨੇ ਉਹ ਵੀ ਦੁਰਗਾ ਪੂਜਨ ਦੇ ਪੰਡਾਲ 'ਚ ਜਾਂਦੇ ਨੇ ਉਹਨੂੰ ਦੁਰਗਾ ਦਾ ਹੀ ਰੂਪ ਕਾਲਕ ਹੈ ਔਰ ਇਹਦੇ 'ਚ ਕੋਈ ਉਹਨੇ ਬੀਬੀ ਨੇ ਜਿਹੜਾ ਮਾਊਆ ਮੋਇਤਰਾ ਨੇ ਕਿਹਾ ਉਹਨੇ ਕੋਈ ਗਲਤ ਨਹੀਂ ਕਿਹਾ ਉਹਨੇ ਕਿਹਾ ਜੀ ਮਤਲਬ ਇੱਕ ਪਾਸੇ ਸਿੱਕਮ ਔਰ ਪੁਟਾਨ ਔਰ ਕਿੱਥੇ ਜਿਹੜਾ ਉਹ ਤਮਾਕੂ ਆਫਰ ਕੀਤਾ ਜਾਂਦਾ ਉਹਨੇ ਕਿਹਾ ਮੇਰੀ ਕਾਲਕਾ ਮਾਂ ਉਹ ਤਾਂ ਸ਼ਰਾਬ ਦੀ ਆਫਰ ਲੈਂਦੀ ਹੈ اور ماس ਖਾਂਦੇ ਹੈ ਉਹਦੇ ਪਿੱਛੇ ਜਿਸ ਕਿਸਮ ਦੀਆਂ ਧਮਕੀਆਂ ਔਰ ਸ਼ਾਇਦ ਅਟੈਕ ਕੱਕ ਵੀ ਗੱਲ ਗਈ ਹੈ ਔਰ ਇਹਦੇ ਉੱਤੇ ਇਵਨ ਸ਼ਸ਼ੀ ਥਰੂਰ ਨੇ ਅੱਜ ਟਵੀਟ ਵੀ ਕੀਤਾ ਕਿ ਟੇਕਨ ਅ ਬੈਕ ਬਾਈ ਅਟੈਕ ਔਨ ਮੋਹਾ ਮੋਹਿਤਰਾ ਅਲਸ ਪੀਪਲ ਟੂ ਲਾਈਟਨ ਅਪ ਉਹਨੇ ਕਿਹਾ ਜੀ ਕਿ ਭਾਈ ਸ਼ਰਮ ਕਰੋ ਤੁਸੀਂ ਕੋਈ ਜਿਹੜਾ ਮਜ਼ਹਬ ਹੈ ਉਹ ਨਿੱਜੀ ਮਾਮਲਾ ਹੈ ਔਰ ਇਸਦੇ ਵਾਰੇ ਤੁਸੀਂ ਹੁਣ ਹਰ ਇੱਕ ਨੂੰ ਰੋਕੋਗੇ ਕਿ ਭਾਈ ਤੁਸੀਂ ਕੀ ਕਹਿਣਾ ਹੈ ਕੀ ਨਹੀਂ ਕਹਿਣਾ ਉਹਨੇ ਕੋਈ ਕਿਸੇ ਦੇ ਸੈਂਟੀਮੈਂਟ ਹਰਟ ਨਹੀਂ ਕੀਤੇ ਉਹਨੇ ਆਪਣਾ ਬਲੀਫ ਦਿੱਤਾ ਹੈ ਕਿ ਬਈ ਇਹ ਇੱਕੋ ਚੀਜ਼ ਇੱਕੋ ਦੇਵੀ ਜਿਹੜੀ ਹੈ ਉਹ ਕਿਸੇ ਲਈ ਵੈਜੀਟੇਰੀਅਨ ਹੋ ਸਕਦੀ ਹੈ ਯੂਪੀ 'ਚ ਕਿਸੇ ਲਈ ਮਾਸਕੋਰੀ ਹੋ ਸਕਦੀ ਸੋ ਇਹਦੇ 'ਚ ਕੀ ਹੈ ਸੋ ਅਸੀਂ ਸਮਝਦੇ ਹਾਂ ਕਿ ਇਹ ਸਭ ਦੇ ਚੱਲਦੇ ਹਨ ਬਿਸ਼ੱਕ ਅਮਰੀਕਨ ਕਾਂਗਰੈਸ ਜਾਂ ਹਿਊਮਨ ਰਾਈਟਸ ਬਾਡੀਜ਼ ਆਵਾਜ਼ ਚੁੱਕ ਰਹੀਆਂ ਨੇ ਪਰ ਜਿਸ ਰਸਤੇ ਤੇ ਇਸ ਵੇਲੇ ਹਿੰਦੂ ਤਵੀ ਤੁਰੇ ਹੋਏ ਨੇ ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਜਿਹੜੀਆਂ ਇਹਨਾਂ ਦੀਆਂ ਗੱਲਾਂ ਵੀ ਨੇ ਜਿਵੇਂ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਟੈਪ ਔਨ ਦਾ ਰਿਸਟ ਕਿ ਵੀ ਜਦੋਂ ਤੁਸੀਂ ਇੱਕ ਹੁੰਦਾ ਕਿਸੇ ਦੇ ਵੱਟ ਕੇ ਚਪੇੜ ਮਾਰਨਾ ਤਾਂ ਉਹਨੂੰ ਬੰਨ ਕੇ ਕਹਿਣਾ ਕਿ ਵੀ ਇਵੇਂ ਕਰ ਹਾਂਜੀ ਇਹ ਬੰਦ ਕਰੋ ਵਾਇਓਲੇਸ਼ਨਸ ਹਿਊਮਨ ਰਾਈਟਸ ਦੀਆਂ ਔਰ ਜ਼ੁਲਮ ਬੰਦ ਕਰੋ ਦੂਸਰਾ ਇਹ ਹੈ ਵੀ ਤੁਸੀਂ ਮੱਠੀ ਜੀ ਉਹਨੂੰ ਕਹਿੰਦੇ ਜਿਆਦਾ ਤੂੰ ਨਾ ਹੀ ਕਰੇ ਤਾਂ ਚੰਗਾ ਹੈ ਇਹ ਹੈ ਟੈਪ ਔਨ ਦਾ ਰਿਸਟ ਸੋ ਇਹ ਭਾਰਤ ਨੂੰ ਜਾਂ ਉਹਨਾਂ ਦੇ ਹਿੰਦੂਤਵ ਵੀ ਇਹ ਹਾਕਮਾਂ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਤਾਂ ਇਹ ਸਾਰਾ ਮਾਹੌਲ ਜਿਹਦੇ ਚ ਕਿ ਦੁਨੀਆ ਉਲਝੀ ਹੋਈ ਹੈ ਹੁਣ ਯੂਰਪ ਦੀ ਗੱਲ ਕਰੀਏ ਆਲਰੇਡੀ ਯੂਰੋ ਜਿਹੜਾ ਉਹ ਥਲੜ ਡਿੱ ਗਿਆ ਤੜੰਮ ਕਰਕੇ ਇਕਨੋਮੀ ਦਾ ਬੁਰਾ ਹਾਲ ਹੈ ਮਹਿੰਗਾਈ ਬਹੁਤ ਜ਼ਿਆਦਾ ਹੈ ਚਾਰ ਚਫੇਰੇ ਸੋ ਜਦੋਂ ਆਪਣਾ ਤੁਹਾਨੂੰ ਕਹਿੰਦੇ ਨੇ ਕਿ ਭਾਈ ਆਪਣੀ ਪੈਈ ਹੁੰਦੀ ਆ ਉਦੋਂ ਤੁਹਾਨੂੰ ਇਹ ਤਾਂ ਨਹੀਂ ਸੁਝਦਾ ਹੁੰਦਾ ਕਿ ਜੀ ਉੱਥੇ ਭਾਰਤ ਚ ਘਟ ਗਿਣਤੀਆਂ ਨਾਲ ਕੀ ਹੋ ਰਿਹਾ ਸੋ ਉਹਨਾਂ ਨੂੰ ਲੱਗਦਾ ਵੀ ਇਸ ਮੁਸੀਬਤ ਦੇ ਵੇੜੇ ਔਰ ਜਿਹਨੂੰ ਉਹਨਾਂ ਦਾ ਤਾਂ ਸਲੋਗਨ ਹੀ ਹੈ ਕਿ ਭਾਈ ਆਪ ਦਾ ਮੈਂ ਅਫਸਰ ਢੂੰਡੋ ਕਿ ਜਦੋਂ ਮੁਸੀਬਤ ਹੈ ਉਹਨੂੰ ਮੌਕਾ ਬਣਾਓ ਸੋ ਉਹ ਤਾਂ ਇਸ ਵੇਲੇ ਜਿਹੜਾ ਇੱਕ ਅਮਰੀਕਾ ਜਾਂ ਯੂਰਪ ਯੂਕਰੇਨ ਚ ਫਸਿਆ ਹੋਇਆ ਹੈ ਪੁਤਿਨ ਦੇ ਨਾਲ ਟੱਕਰ ਹੈ ਔਰ ਦੂਸਰੇ ਪਾਸੇ ਮਹਿੰਗਾਈ ਜਿਹੜੀ ਹੈ ਉਹਦੇ ਲਈ ਵੀ ਕਾਰਪੋਰੇਟ ਔਰ ਵੱਡੇ ਘਰਾਨੇ ਉੱਥੋਂ ਵਾਲੇ ਇੱਥੋਂ ਵਾਲੇ ਦੇ ਆਰ ਮਿੰਟਿੰਗ ਮਨੀ ਸੋ ਇਸ ਸਾਰੇ ਦੇ ਚੱਲਦੇ ਆ ਉਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਕਟ ਗਿਣਤੀਆਂ ਨੂੰ ਫਿਨਿਸ਼ ਕਰਨ ਦਾ ਅਜੰਡਾ ਹੈ ਇਸ ਨੂੰ ਖਤਮ ਕਰੋ ਔਰ ਹਿੰਦੂ ਰਾਸ਼ਟਰ ਐਲਾਨਣ ਚ उनको बहुत वक्त नहीं है क्योंकि ऑलरेडी उन्होंने सारी इंस्टिट्यूशंस लगभग पूरी तरह ही हिंदुवाइज कर दी जी डॉक्टर साहब थोड़ा बहुत बहुत धन्यवाद स्वागत है ने ब्रेक और ब्रेक ते जान तो पहला अच्छे बदरश का दे श्रोताओं ਨੂੰ ਬੀਲਦੀ ਬੇਨਤੀ ਕਰਦੀ ਵਿਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ 24 हक सच इंसान दी रिवाज है ਉਪਰੰਧ ਕਰ ਰਿਹਾ ਇਹ ਵਾਸ ਤੁਹਾਡੇ ਪਿਆਰ ਸਦਕਾ ਤੁਹਾਡੇ ਵਿਸ਼ਵਾਸ ਸਦਕਾ ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਰਹੀ ਹੈ ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀਰੀਫੋਰ ਦੀ ਚੜਦੀ ਕਲਾ ਲਈ ਵਾਤਵਾਦ ਜੁਨੇਰ ਕਰੋ ਜੁਨੇਰ ਕਲ ਦੀ ਸਾਡੀ ਵੈਬਸਾਈਟ ਟੀਵੀਰੀਫੋਰ.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਟੁਨੇਰ ਕਰ ਸਕਦੇ ਹੋ ਮੰਤਲੀ ਟੁਨੇਰ ਵੀ ਕਰ ਸਕਦੇ ਹੋ ਤੁਸੀਂ ਟੀਵੀਰੀਫੋਰ ਦੇ ਨਾਮ ਤੇ ਚੈੱਕ ਪਾ ਕੇ ਸਾਨੂੰ ਮਿਲ ਵੀ ਕਰ ਸਕਦੇ ਹੋ ਸਾਡੇ ਪਤੇ ਤੇ 36-0137 ਨਿਊ ਲੌਂਗਲੈਂਡ ਸਿਟੀ ਨਿਊਯਾਰਕ 1101 ਯੂ ਐਸ ਏ ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516 6191984 ਦੂਸਰਾਂ ਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ ਅਸੀਂ ਤੁਹਾਡੇ ਤਹਿਦ ਦੇ ਦੁਸ਼ਕਰਵਾਜ਼ਾ ਹੋਵਾਂਗੇ ਸੋ ਅਥੇ ਲੈਨੇ ਬ੍ਰੇਕ ਫਿਊਅਰਜ਼ ਦੂਸਰਾਂ ਐਸੀ ਤਰ੍ਹਾਂ ਹੀ ਬਣੇ ਰਹਿਣਾ ਮਿਲਦੇ ਆਂ ਛੋਟੇ ਜਿਹੇ ਵਕਫੇ ਤੱਕ